ਮਲੋਟ ਦੇ ਛਾਪੇਵਾਲੀ ਰੋਡ ਤੇ ਪੈਟਰੋਲ ਪੰਪ ਤੇ ਹੋਈ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ। ਮੁਕਤਸਰ ਪੁਲਿਸ ਨੇ ਇਸ ਮਾਮਲੇ 'ਚ 5 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਲੁੱਟ ਕੀਤੀ ਗਈ ਨਗਦੀ ਅਤੇ ਲੁੱਟ ਦੇ ਸਮੇਂ ਵਰਤੇ ਗਏ ਵਾਹਨ ਵੀ ਬਰਾਮਦ ਕੀਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SP ਗੁਰਮੇਲ ਸਿੰਘ, ਪੁਲਿਸ ਵੱਲੋਂ ਇਸ ਮਾਮਲੇ ਨੂੰ 48 ਘੰਟੇ 'ਚ ਹੀ ਬਹਾਲ ਕਰ ਲਿਆ ਗਿਆ ਅਤੇ ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਤਾਛ ਕੀਤੀ ਜਾ ਰਹੀ ਹੈ। ਇਹ ਮਿਤੀ 21-22 ਦੇ ਦਰਮਿਆਨ ਰਾਤ ਨੂੰ ਕਰੀਬ 10:30 ਰਾਤ ਨੂੰ ਇਹ ਪਿੰਡ ਛਾਪਿਆਂ ਵਾਲੀ ਵਿਖੇ ਲਾਈਨ ਦਾ ਪੈਟਰੋਲ ਪੰਪ ਆ, ਉੱਥੋਂ 3 ਨੌਜਵਾਨਾਂ ਵੱਲੋਂ ਹਥਿਆਰਾਂ ਦੀ ਰੋਕ 'ਤੇ 1600 ਰੁਪਏ ਦੀ ਖੋਹ ਕੀਤੀ ਗਈ ਸੀ। ਉਸ ਨੂੰ ਅਸੀਂ ਸਾਡੀ ਪੁਲਿਸ ਤੋਂ ਬੜਾ ਸੀਰੀਅਸ ਲਿਆ ਗਿਆ ਇਹਨੂੰ। ਇਹੀ ਦੇ ਸੰਬੰਧ ਵਿੱਚ ਸਾਡੇ DSP ਮਲੋਟ ਦਾ ਮਨਮੋਹਨ ਸਿੰਘ ਜੀ ਅਤੇ SHO ਸਿਟੀ ਮਲੋਟ, ਇਹਨਾਂ ਦੀ ਟੀਮ ਬੜੀ ਸਖ਼ਤ ਮਿਹਨਤ ਦੇ ਨਾਲ ਜਿਹੜਾ ਮੁਕੱਦਮਾ ਜਿਹੜਾ ਇਹ 48 ਘੰਟੇ ਦੇ ਵਿੱਚ ਵੀ ਟਰੇਸ ਕਰ ਲਿਆ। ਇਹਦੇ ਵਿੱਚ ਪਹਿਲਾਂ ਸਾਨੂੰ ਸੀਗਾ ਫੁਟੇਜ ਤੋਂ 3 ਮੁਲਜ਼ਮ ਨੇ, ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ, ਤਫਤੀਸ਼ ਨਾਲ ਪਤਾ ਲੱਗਾ ਵੀ ਇਹ 'ਚ ਟੋਟਲ 5 ਮੁਲਜ਼ਮ ਆ। 5 ਨੂੰ ਅਰੈਸਟ ਕਰ ਲਿਆ ਸੀ, ਜਿਹਨਾਂ ਦੇ 4 ਮਲੋੜ ਦੇ ਨੇ, 1 ਸੁਹਾਣਾ ਮੋਹਾਲੀ ਦਾ। ਇਹਨਾਂ ਕੋਲ ਦਾਤਰ ਵਗੈਰਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਕੋਈ ਕ੍ਰਿਮੀਨਲ ਬੈਕਗ੍ਰਾਊਂਡ ਪਹਿਲਾਂ ਜਾਂ ਕੋਈ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਹੁਣ ਤੱਕ ਕੋਈ ਸਾਹਮਣੇ ਆਇਆ? ਨਹੀਂ, ਫਿਲਹਾਲ ਇਹਨਾਂ ਰਿਕਾਰਡ 'ਚ ਕੀਤਾ ਨੇ, ਪੁਰਾਣਾ ਮੁਕਦਮਾ ਕੋਈ ਦਰਜ ਨਹੀਂ ਹੈਗਾ। ਫਿਰ ਵੀ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਅਸੀਂ ਜੋ ਤਫਤੀਸ਼ ਨਾਲ ਦੇਖਾਂ ਕੋਈ ਹੋਰ ਕੋਈ ਵਾਰਦਾਤ ਕੀਤੀ ਆ, ਉਹ 'ਚ ਵੀ ਅਸੀਂ ਵੈਰੀਫਾਈ ਕਰ ਰਹੇ। ਰਿਸ਼ਤੇਦਾਰ ਵੀ ਆ ਵਿੱਚ ਆਪਸ 'ਚ ਸ਼ਾਮਿਲ? ਹਾਂ, ਇਹ 'ਚ ਦੋ, ਇੱਕ ਮੇਜਰ ਸਿੰਘ ਆ, ਪਿਓ ਪੁੱਤ ਨੇ, ਦੋ ਉਹ ਦੋਨਾਂ 'ਚ ਸ਼ਾਮਿਲ ਨੇ।